ਸ਼੍ਰੀ ਦਿਨੇਸ਼ ਕੁਮਾਰ ਚੱਡਾ ਜੀ। ਸਪੀਕਰ ਸਾਹਿਬ, ਸਵਾਲ ਨੰਬਰ 1256। ਸ਼੍ਰੀਮਤੀ ਅਨਮੋਲ ਗਗਨ ਮਾਨ, ਸੈਰ ਸਪਾਟਾ ਮੰਤਰੀ। ਮੈਂ MLA ਸਾਹਿਬ ਨੂੰ, ਸਪੀਕਰ ਸਾਹਿਬ ਦੱਸਣਾ ਚਾਹਾਂਗੀ ਕਿ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਅਤੇ ਮਕਬਰਾ ਜਮਾਲ ਖਾਨ ਛੋਟੀ ਹਵੇਲੀ ਰੋਪੜ, ਜੋ ਕਿ ਇਸ ਵਿਭਾਗ ਦੇ ਸੁਰੱਖਿਅਤ ਸਮਾਰਕ ਹਨ, ਦੀ ਸਾਂਭ ਸੰਭਾਲ ਲਈ ਵਿਭਾਗ ਵੱਲੋਂ ਇੱਕ ਕਰਮਚਾਰੀ ਤੈਨਾਤ ਕੀਤਾ ਹੋਇਆ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਵਿਖੇ ਹੋਣ ਵਾਲੇ ਕੰਮਾਂ ਦਾ ਅੰਦਾਜ਼ਨ 6.08 ਕਰੋੜ ਰੁਪਏ ਦਾ ਤਖਮੀਨਾ ਤਿਆਰ ਕੀਤਾ ਗਿਆ ਹੈ, ਜੋ ਕਿ ਵਿਚਾਰ ਅਧੀਨ ਹੈ। ਇਸ ਸਬੰਧੀ ਦੱਸਣਯੋਗ ਹੈ ਕਿ ਇਹ ਕੰਮ ਕੰਸਲਟੈਂਟ ਨਿਯੁਕਤ ਹੋਣ ਅਤੇ ਫੰਡ ਉਪਲਬਧ ਹੋਣ ਉਪਰੰਤ ਕਰਵਾਏ ਜਾ ਸਕਦੇ ਹਨ। ਦੂਸਰੇ ਸਵਾਲ ਦਾ ਜਵਾਬ ਹੈ ਜੀ ਕਿ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਅਤੇ ਮਕਬਰਾ ਜਮਾਲ ਖਾਨ ਛੋਟੀ ਹਵੇਲੀ ਰੋਪੜ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਐਂਟੀਕ ਨਿਸ਼ਾਨੀਆਂ ਨਹੀਂ ਮਿਲੀਆਂ। ਅਗਲੇ ਸਵਾਲ ਦਾ ਜਵਾਬ ਹੈ ਜੀ, ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਦਾ ਕੁੱਲ ਰਕਬਾ 63 ਕਨਾਲ 2 ਮਰਲੇ ਹੈ ਅਤੇ ਇਹ ਜ਼ਮੀਨ ਵਿਭਾਗ ਦੇ ਕਬਜ਼ੇ ਹੇਠ ਹੈ। ਇਸ ਤੋਂ ਇਲਾਵਾ ਮਕਬਰਾ ਜਮਾਲ ਖਾਨ ਛੋਟੀ ਹਵੇਲੀ ਰੋਪੜ ਦਾ ਕੁੱਲ ਰਕਬਾ 2 ਕਨਾਲ 9 ਮਰਲੇ ਹੈ। ਇਸ ਜ਼ਮੀਨ ਤੇ ਕੁੱਲ ਕੁਝ ਵਿਅਕਤੀਆਂ ਵੱਲੋਂ ਕਬਜ਼ਾ ਕੀਤਾ ਹੋਇਆ। ਇਸ ਨੂੰ ਹਟਾਉਣ ਲਈ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ ਜੀ। ਜੀ ਚੱਡਾ ਜੀ, ਹੈ ਕੋਈ ਸਪਲੀਮੈਂਟਰੀ? ਮਾਨਯੋਗ ਸਪੀਕਰ ਸਾਹਿਬ, ਜਿੱਥੇ ਕਿ ਮੈਂ ਪੁੱਛਣਾ ਚਾਹੁੰਦਾ ਕਿ ਮਾਨਯੋਗ ਮੰਤਰੀ ਸਾਹਿਬਾਂ ਨੇ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਆਸਰੋ ਦੇ ਬਾਰੇ 6 ਕਰੋੜ ਦਾ ਜਿਹੜਾ ਹੈਗਾ ਤਖਮੀਨਾ, ਇਹ ਕਿਹਾ ਕਿ ਫੰਡ ਉਪਲਬਧ ਹੋਣ ਤੇ ਉੱਥੇ ਖਰਚ ਕੀਤਾ ਜਾਏਗਾ, ਜਦਕਿ ਪੰਜਾਬ NCI ਹਿਸਟੋਰੀਕਲ ਮੋਨੂਮੈਂਟ ਮੇਨਟੇਨੈਂਸ ਬੋਰਡ ਜਿਹੜਾ ਬਣਿਆ ਹੋਇਆ 2013 ਦਾ, ਉਸ ਬੋਰਡ ਦੇ ਤਹਿਤ ਇੱਥੇ ਖਰਚ ਕਰਨ ਲਈ ਇੱਕ ਸੈੱਸ ਲਾਇਆ ਹੋਇਆ, ਜਿਹੜੀਆਂ ਵੀ 15 ਕਰੋੜ ਤੋਂ ਜ਼ਿਆਦਾ ਰਕਮ ਦੀਆਂ ਇਮਾਰਤਾਂ, ਉਹਨਾਂ ਤੋਂ ਸੈੱਸ ਇਕੱਠਾ ਹੁੰਦਾ। ਸੋ ਕੀ ਮਾਨਯੋਗ ਮੰਤਰੀ ਸਾਹਿਬਾਂ ਦੱਸਣਗੇ ਕਿ ਉਹ ਸੈੱਸ ਡਿਪਾਰਟਮੈਂਟ ਕੋਲ ਆ ਰਿਹਾ ਜਾਂ ਨਹੀਂ ਆ ਰਿਹਾ? ਜੇ ਉਹ ਸੈੱਸ ਆ ਰਿਹਾ ਤਾਂ ਇਹਨਾਂ ਥਾਵਾਂ ਤੇ, ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਤੇ, ਉਹ ਸੈੱਸ ਦੇ ਵਿੱਚੋਂ ਰਕਮ ਕਿਉਂ ਨਹੀਂ ਖਰਚ ਕੀਤੀ ਜਾ ਰਹੀ? ਇਹ ਸਵਾਲ ਚੱਡਾ ਜੀ ਵੱਖਰਾ ਬਣਦਾ, ਜੇ ਮੰਤਰੀ ਜਵਾਬ ਦੇਣਾ ਚਾਹੁੰ ਤਾਂ। ਮੰਤਰੀ ਜੀ, ਜੀ MLA ਸਾਹਿਬ, ਥੋੜਾ ਵੱਖਰਾ ਸਵਾਲ ਹੈ, ਪਰ ਮੈਂ ਤੁਹਾਡੀ ਜਾਣਕਾਰੀ ਲਈ ਸਪੀਕਰ ਸਾਹਿਬ ਇਹਨਾਂ ਨੂੰ ਦੱਸਣਾ ਚਾਹਾਂਗੀ ਕਿ ਜਿੱਦਾਂ ਤੁਸੀਂ ਦੱਸਿਆ ਕਿ 15 ਕਰੋੜ ਤੋਂ ਉੱਪਰ ਕੋਈ ਵੀ ਕੰਸਟਰਕਸ਼ਨ ਹੁੰਦੀ ਹੈ ਉਹਦਾ 1% ਸਾਨੂੰ ਆਉਂਦਾ, ਜਿਹਦੇ ਚੋਂ ਤਕਰੀਬਨ ਫਾਈਨਾਂਸ ਡਿਪਾਰਟਮੈਂਟ ਨੇ ਸਾਨੂੰ 63 ਕਰੋੜ ਰੁਪਇਆ ਦਿੱਤਾ, ਜਿਹਦੇ ਚੋਂ 69 ਕਰੋੜ ਰੁਪਇਆ ਅਸੀਂ ਖਰਚ ਕਰ ਚੁੱਕੇ ਹਾਂ ਸਪੀਕਰ ਸਾਹਿਬ, ਅਤੇ ਵੱਖ ਵੱਖ ਸਕੀਮਾਂ ਦੇ ਵਿੱਚ ਉਹ ਪੈਸਾ ਲਗਾਇਆ ਹੈ, ਅਤੇ ਇਸ ਲਈ ਵੀ ਅਸੀਂ ਇਸ ਇਮਾਰਤ ਲਈ ਵੀ ਜ਼ਰੂਰ ਇਸ ਉੱਤੇ ਵਿਚਾਰ ਕਰਾਂਗੇ। ਤੁਸੀਂ ਬੇਫਿਕਰ ਰਹੋ, ਹਰ ਹਾਲਤ ਦੇ ਵਿੱਚ ਅਸੀਂ ਇਹਨੂੰ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਥੈਂਕ ਯੂ ਚੱਡਾ ਜੀ, ਹੈ ਕੋਈ ਸਪਲੀਮੈਂਟਰੀ? ਸਪੀਕਰ ਸਾਹਿਬ, ਜਿਵੇਂ ਕਿ ਦੱਸਿਆ ਕਿ ਸਿਰਫ 63 ਕਰੋੜ ਦਾ ਸੈੱਸ ਆਇਆ, ਤੁਸੀਂ ਸਾਰਾ ਸੈੱਸ ਜਿਹੜਾ ਉਹ ਕਦੋਂ ਤੱਕ ਅੱਡ ਅੱਡ ਮਹਿਕਮੇ ਤੋਂ ਇਕੱਠਾ ਕਰ ਲਓਗੇ ਤਾਂ ਕਿ ਇਹਨਾਂ ਸਥਾਨਾਂ ਦੇ ਉੱਪਰ ਇਹ ਪੈਸਾ ਲੱਗ ਸਕੇ? ਥੈਂਕ ਯੂ। ਸਾਡੇ ਫਾਈਨਾਂਸ ਮਿਨਿਸਟਰ ਚੀਮਾ ਜੀ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਿਹੜਾ ਸੈੱਸ ਆ ਉਹ ਸਾਰੇ 1% ਜੇ ਇਕੱਠਾ ਕਰਕੇ ਦੇ ਦਿਓ, ਸਾਡੇ ਕੋਲ ਕਾਫੀ ਪੈਸਾ ਜਿਹੜਾ ਟੂਰਿਜ਼ਮ ਵਿਭਾਗ ਕੋਲ ਇਕੱਠਾ ਹੋ ਜਾਣਾ ਤੇ ਅਸੀਂ ਸਾਰਿਆਂ ਦੀਆਂ ਜਿਹੜੀਆਂ ਮੰਗਾਂ ਵੀ ਉਹ ਪੂਰੀਆਂ ਕਰ ਸਕਦੇ ਹਾਂ। ਥੈਂਕ ਯੂ। ਹੋ ਗਿਆ ਜੀ, 2 ਸਪਲੀਮੈਂਟਰੀ ਹੁੰਦੀ ਹੈ, ਆਪਾਂ ਇਹਨੂੰ 2 ਹੋ ਗਿਆ ਜੀ, ਇਹਨੂੰ ਬਹਿਸ ਨਹੀਂ ਬਣਾ ਸਕਦੇ, ਬੈਠ ਜਾਓ ਤੁਸੀਂ। ਉਹ ਸਰ ਨਹੀਂ, ਕਿੰਨੀਆਂ ਹੋਈਆਂ ਬਈ? ਤੁਹਾਨੂੰ ਮੈਂ ਭੇਜ ਦੂੰਗਾ ਵੀਡੀਓ, 2 ਹੋ ਗਈਆਂ।